नमस्कार मैं हूं सुभाष चौहान और आप देख रहे हैं चैनल डी इस समय हम मौजूद हैं गांव शेखुखेड़ा में और घग्गर नदी के पुल पर हम मौजूद हैं आप मेरे पीछे जो देख रहे हैं शायद आपको कम दिखाई देगा यहां पर घग्गर नदी बिल्कुल बहुत मेरे बिल्कुल नज़दीक है और आप अगर तस्वीरों में साफ देख रहे हैं तो घग्गर नदी आज भी इस समय भी तेज़ी से बढ़ रही है गाँव वालों ने बताया कि आज रात भी घग्गर नदी दो से तीन इंच ऊपर आई है मतलब पूरे दिन के अंदर अगर हम बात करें तो दिन के अंदर जहाँ एक फिट से ज़्यादा बड़ी थी रात को दो से तीन इंच और बड़ी है मतलब खतरा और बढ़ा है अभी हम जहाँ पर मौजूद हैं अभी थोड़ी देर पहले यहाँ पर जो घग्गर नदी का तटबंध है ये थोड़ा सा दरार आने की वजह से बैठ गया था जो ग्रामीणों ने मुस्तैदी दिखाते हुए तुरंत उस दरार को पाट दिया अगर ग्रामीण मुस्तैदी ना दिखाते तो कुछ भी हो सकता था और खतरा ज़्यादा बढ़ सकता था इससे पहले पिछले गाँव में हमने देखा कि वहाँ भी इस तटबंध में दरार आई थी उसको भी तुरंत भर दिया गया और गाँव वालों की पूरी हिम्मत पूरी मेहनत दिन रात यहाँ पर गाँव वाले जुटे हुए हैं और जो समाज सेवी लोग हैं जो संस्थाएं हैं वो भी इन गाँव वालों का हौसला बढ़ाने के लिए लगातार आ रहे हैं और जो राहत सामग्री है जैसे चाय पानी बिस्किट और भी बहुत सारी जो खाने पीने की चीज़ें हैं यहाँ पर लगातार सप्लाई की जा रही है गाँव वालों का ये मानना है कि खतरा जो है आज की रात बहुत ज़्यादा है और अगर आज की रात सुख शांति से निकल जाती है तो हो सकता है कि आने वाले कल या परसों तक ये पानी उतरना शुरू हो जाएगा हमने घगर नदी पर पहरा दे रहे गाँव वालों से बातचीत की है आइए आपको सुनवाते हैं कि गाँव वालों का क्या कहना है जी हन हालात ठीक है पर फिर भी हजे भी स्थिति थोड़ी जी ज़्यादा नाजुक चल रही है ਕਿਉਂਕਿ ਪਾਣੀ ਕੱਲ ਨਾਲੋਂ ਅੱਜ ਥੋੜਾ ਜਿਹਾ ਜ਼ਿਆਦਾ ਫੇਰ ਇਹਦਾ ਭਾਵ ਤੇਜ ਹੋਇਆ ਔਰ ਵਧਿਆ ਵੀ ਹੈ ਇਹ ਔਰ ਬੰਨ ਕੱਚਾ ਹੋਈ ਜਾਂਦਾ ਕਿਉਂਕਿ ਸਲਾਬ ਕਾਫੀ ਟਾਈਮ ਹੋ ਗਿਆ ਕੱਗਰ ਦੇ ਵਿੱਚ ਪਾਣੀ ਨਹੀਂ ਆਇਆ ਔਰ ਉਸ ਵਜ੍ਹਾ ਨਾਲ ਜਿਹੜਾ ਬੰਨ ਉਹ ਕੱਚਾ ਹੀ ਪਿਆ ਸੀ ਆ ਰੁੱਖਾ ਹੋਣ ਦੀ ਵਜ੍ਹਾ ਨਾਲ ਹੁਣ ਸਲਾਬ ਚੜ ਰਹੀ ਹੈ ਬੰਨ ਨੂੰ ਤੇ ਅੱਧ ਤੱਕ ਆ ਗਿਆ ਹੁਣ ਵੀ ਤੁਜ 10 ਮਿੰਟ ਪਹਿਲਾਂ ਕਿ ਜਿਹਦੇ ਨਾਲ ਦਰਾਰ ਹਲਕੀ ਹਲਕੀ ਦਰਾਰਾਂ ਆ ਰਹੀਆਂ ਜਿਹੜੀ ਜਿੱਥੇ ਪਾਣੀ ਲੱਗ ਰਿਹਾ ਕਟਿੰਗ ਕਰ ਰਿਹਾ ਉੱਥੇ ਦਰਾਰਾਂ ਆ ਰਹੀਆਂ ਰੋਸ ਵਜਨ ਨਾਲ ਉਹ ਕੰਪਲਿਕੀਸ਼ਨਸ ਬਣੀਆਂ ਹੋਈਆਂ ਹਨ ਹਜੇ ਵੀ ਹੁਣ ਜਿਵੇਂ ਕਿ ਰਾਤ ਦੇ 2:30 ਵਜੇ ਹੈ ਤੇ ਬਹੁਤ ਜ਼ਿਆਦਾ ਗਰਮੀ ਵੀ ਹੈ ਤੇ ਬੰਦੇ ਥੱਕ ਚੁੱਕੇ ਐ ਕਿਉਂਕਿ ਸਾਰਾ ਦਿਨ ਅੱਜ ਸਾਰਾ ਦਿਨ ਮਤਲਬ ਕਿ ਟਰਾਲੀ ਮਿੱਟੀਆਂ ਦੀਆਂ ਇੰਨੀਆਂ ਪਾਈਆਂ ਬਣ ਅਸੀਂ ਇਹਨਾਂ ਉੱਚਾ ਕੀਤਾ ਪਰ ਫਿਰ ਵੀ ਪਾਣੀ ਕਿਤੇ ਨਾ ਕਿਤੇ ਉਹਨੂੰ ਨਾਲ ਟੱਚ ਕਰਦਾ ਤੁਰਿਆ ਆ ਰਿਹਾ ਪਰ ਹੁਣ ਤਾਂ ਬੰਦਿਆਂ ਦੀ ਵੀ ਬੱਸ ਹੋਈ ਪਈ ਐ ਸੋ ਇਹ ਐ ਕਿ ਕੰਪਲਿਕੀਸ਼ਨਸ ਤਾਂ ਬਣੀਆਂ ਹੀ ਰਹਿਣੀਆਂ ਪਰ ਫਿਰ ਵੀ ਅਸੀਂ ਜੋਰ ਜਿੰਨਾ ਸਾਡੇ ਅੰਦਰ ਹੈ ਅਸੀਂ ਉਹਨਾਂ ਮਾਰ ਰਹੇ ਹਾਂ ਸਾਡੀ 100% ਕੋਸ਼ਿਸ਼ ਜਾਰੀ ਹੈ ਤੇ ਕਰਦੇ ਰਵਾਂਗੇ ਆਖਰੀ ਦਮ ਤੱਕ ਅਸੀਂ ਲੜਾਂਗੇ ਇਸ ਸੰਘਰਸ਼ ਕਰਾਂਗੇ ਇਸ ਦਰਿਆ ਨੂੰ ਅਸੀਂ ਰੋਕ ਕੇ ਰੱਖਾਂਗੇ ਬਾਕੀ ਅੱਗੇ ਜੋ ਕੁਦਰਤ ਨੂੰ ਕਬੂਲ ਹੈ ਉਹ ਦੇਖੀ ਜਾਏਗੀ ਜੋ ਹੋਰ ਲੋਕ ਹੈ ਸੰਸਥਾਏ ਹੈ ਜੀ ਜੋ यहां पर ਸੇਵਾ ਵਿੱਚ ਜੁਟੀ ਹੋਈ ਹੈ ਕਿ ਬਾਰੇ ਕੁਝ ਕਹਿੰਦੇ ਹਾਂਜੀ ਹਾਂਜੀ ਬਹੁਤ ਸੰਸਥਾ ਹੈ ਕੁਝ ਸ਼ਹਿਰ ਆਲਾਬਾਦ ਤੋਂ ਜਾਂ ਕੁਝ ਲੋਕਲ ਗ੍ਰਾਮੀਨ ਜਾਂ ਗੁਰਦੁਆਰਾ ਸਾਹਿਬ ਤੋਂ ਕਾਫੀ ਲੰਗਰ ਬਣ ਕੇ ਆ ਰਿਹਾ ਹੈ ਤੇ ਹੋਰ ਵੀ ਚਾਏ ਦਾ ਲੰਗਰ ਹੈ ਠੰਡਾ ਵਗੈਰਾ ਸਕੰਜੀ ਵਗੈਰਾ ਕਾਫੀ ਆ ਰਹੀ ਹੈ ਬਹੁਤ ਮਦਦ ਹੋ ਰਹੀ ਹੈ ਲੋਕਲ ਮਤਲਬ ਸ਼ਹਿਰ ਵਾਸੀ ਸ਼ਹਿਰ ਵਾਸੀ ਕੋ ਨਹੀਂ ਵੀ ਔਰ ਸਭ ਤੋਂ ਵੱਡੀ ਮਦਦ ਸਾਡੇ ਜਿਹੜੇ ਮਜ਼ਦੂਰ ਭਰਾ ਨਹੀਂ ਜਿਹੜੇ ਇੱਥੇ ਲੱਗੇ ਹੋਏ ਆ ਜਿਹੜਾ ਸਾਡੇ ਨਾਲ ਆ ਉਹ ਮਤਲਬ ਸਾਡੇ ਨਾਲ ਦਿਨ ਰਾਤ ਮੋਢੇ ਨਾਲ ਮੋਢਾ ਲਾ ਕੇ ਟਿਕੇ ਹੋਏ ਆ ਸਾਡੇ ਨਾਲ ਜਿਹੜਾ ਉਹਨਾਂ ਦਾ ਸਾਡਾ ਸਭ ਤੋਂ ਵੱਡਾ ਸਾਡਾ ਧੰਨਵਾਦ ਕਰਨਾ ਬੰਦ ਹੈ ਕਿਉਂਕਿ ਉਹਨਾਂ ਦਾ ਕੋਈ ਸਿਰਫ ਇੱਕ ਫਸਲੀ ਤੌਰ ਦੇ ਉੱਤੇ ਉਹਨਾਂ ਦਾ ਕੋਈ ਨੁਕਸਾਨ ਨਹੀਂਗਾ ਤੇ ਪਰ ਫਿਰ ਵੀ ਉਹ ਸਾਡੇ ਨਾਲ ਅੱਜ ਮੋਢੇ ਨਾਲ ਮੋਢਾ ਲਾ ਕੇ ਖੜੇ ਐ ਤੇ ਔਰ ਉਸ ਤੋਂ ਊਧੂ ਜ਼ਿਆਦਾ ਸਾਡਾ ਧੰਨਵਾਦ ਅਸੀਂ ਸ਼ਹਿਰ ਵਾਲਿਆਂ ਦਾ ਕਰਦੇ ਆ ਕਿ ਇੱਥੇ ਗੱਟੇ ਪਹੁੰਚ ਰੇ ਆ ਖਾਣ ਪੀਣ ਦੀ ਸਮਗਰੀ ਪਹੁੰਚ ਰਹੀ ਆ ਔਰ ਉਸੇ ਕਰਕੇ ਸਾਡੇ ਅੰਦਰ ਜੋਸ਼ ਲੱਗਿਆ ਹੋਇਆ ਕਿ ਅਸੀਂ ਦਿਨ ਰਾਤ ਜਮੇਂਤ ਅਸੀਂ ਕਰ ਸਰ ਸਭ ਤੋਂ ਪਹਿਲਾਂ ਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਜਿਹੜਾ ਤੁਸੀਂ ਇਸ ਜਗ੍ਹਾ ਤੇ ਪਹੁੰਚੇ ਤੇ ਸਾਡੇ ਦੁੱਖ ਦਰਦ ਵਿੱਚ ਸ਼ਾਮਲ ਹੋਏ ਕਿਉਂਕਿ ਇੱਕ ਇਹ ਵੀ ਇੱਕ ਬਹੁਤ ਵੱਡਾ ਪਹਿਲੂ ਆ ਜਿਹੜਾ ਤੁਸੀਂ ਸਾਡੀ ਖਬਰ ਲੋਕਾਂ ਤੱਕ ਪ੍ਰਸ਼ਾਸਨ ਤੱਕ ਪਹੁੰਚਾਉਂਦੇ ਜੀ ਅਸੀਂ ਬਹੁਤ ਬਹੁਤ ਤੁਹਾਡੇ ਧੰਨਵਾਦੀ ਆ ਤੁਹਾਡੇ ਇਸ ਚੈਨਲ ਦਾ ਤੇ ਦੂਸਰਾ ਇਹ ਆ ਜੀ ਇਸ ਟਾਈਮ ਪੂਰਾ ਯੁੱਧ ਲੱਗ ਰਿਹਾ ਹੈ ਵੀ ਪਾਣੀ ਦਾ ਜਲ ਸતર ਉੱਪਰ ਹੋ ਰਿਹਾ ਹੈ ਡਾਊਨ ਨਹੀਂ ਹੋ ਰਿਹਾ ਬਣੀ ਤੋਂ ਲੈ ਕੇ ਸਹਿਫਲ ਤੋਂ ਲੈ ਕੇ ਤੇ ਲਗਭਗ ਸਿਰਸਾ ਓਟੂ ਤੱਕ ਜਿੰਨੇ ਵੀ ਪਬਲਿਕ ਹੈ ਉਹ ਆਪਣਾ ਪੂਰਾ ਤਨੋਂ ਮਨੋਂ ਯੋਰ ਲਾ ਰਹੀ ਹੈ ਬਾਕੀ ਪਾਣੀ ਦੇ ਅੱਗੇ ਆਪਾਂ ਯੋਰ ਕਹਿ ਨਹੀਂ ਸਕਦੇ ਕਿਉਂਕਿ ਪਾਣੀ ਹਮੇਸ਼ਾ ਚੋਰ ਹੁੰਦਾ ਹੈ ਇਹ ਕਿਤੋਂ ਵੀ ਨਿਕਲ ਸਕਦਾ ਪਰ ਜਿੰਨਾ ਵੀ ਮੁਸਤੈਦੀ ਹੈ ਉਹ ਪੂਰੀ ਚੱਲ ਰਹੀ ਹੈ ਅਗਲਾ ਜਿਹੜਾ ਸਮਾਂ ਉਹ ਪ੍ਰਮਾਤਮਾ ਨੂੰ ਪਤਾ ਹੈ ਵੀ ਜਾਨੀ ਕਿ ਪ੍ਰਸ਼ਾਸਨ ਵੱਲੋਂ ਜਾਂ ਲੋਕਾਂ ਦੇ ਸਹਿਯੋਗ ਵੱਲੋਂ ਕੋਈ ਕਮੀ ਨਹੀਂ ਕਾਫੀ ਸੰਸਥਾਵਾਂ ਨੇ ਜਿਹੜੀਆਂ ਉਹ ਦਿਨ ਰਾਤ ਇੱਥੇ ਸੇਵਾ ਕਰ ਰਹੀਆਂ ਚਾਹ ਦਾ ਲੰਗਰ ਤੁਸੀਂ ਉਹਨੇ ਜਸਟ ਰੁਕੋ ਪਿੱਛੇ ਚਾਹ ਦਾ ਲੰਗਰ ਆ ਰਿਹਾ ਹੈ ਕਿਉਂਕਿ ਸਮਾਂ ਸਵੇਰ ਦਾ 3:30 ਹੋ ਗਿਆ ਉਸ ਤੋਂ ਪਹਿਲਾਂ ਪ੍ਰਸ਼ਾਦਾ ਪਾਣੀ ਜਲਦੀ ਸੇਵਾ ਤੁਹਾਨੂੰ ਕਿਹੜੀ ਕਿਹੜੀ ਸੰਸਥਾ ਦਾ ਨਾਮ ਲਈਏ ਵੀ ਜਿਹੜੀ ਸਾਡੀ ਸੇਵਾ ਨਹੀਂ ਕਰ ਰਹੀ ਵੀ ਲੋਕਾਂ ਨੇ ਇੱਕ ਦੂਜੇ ਦੀ ਬਾਹ ਫੜੀ ਹੋਈ ਹੈ ਇਹ ਵੇਖੋ ਜੀ ਜਿੰਨਾ ਕੋ ਕਹਿੰਦੇ ਨੇ ਨਾ ਵੀ ਜਦੋਂ ਬੰਦਾ ਇੱਕ ਦੂਜੇ ਦੀ ਬਾਹ ਫੜਦਾ ਹੈ ਤੇ ਉਹ ਡੁੱਬਦਾ ਨਹੀਂ ਹੁਣ ਇੱਕ ਦੂਜੇ ਦੀ ਲੋਕਾਂ ਨੇ ਬਾਹ ਫੜੀ ਹੈ ਤੇ ਸਾਨੂੰ ਇਹ ਉਮੀਦ ਹੈ ਵੀ ਲੋਕ ਇੱਕ ਦੂਜੇ ਨੂੰ ਡੁੱਬਣ ਨਹੀਂ ਦੇਣਗੇ ਬਾਕੀ ਉਹਦਾ ਅਗੋਂ ਦਾ ਸਮਾਂ ਆਪਾਂ ਕਹਿ ਨਹੀਂ ਸਕਦੇ ਕੀ ਇਹ ਪਰ ਸੰਘਰਸ਼ ਪੂਰਾ ਚੱਲ ਰਿਹਾ ਹੈ ਪੋਜੀਸ਼ਨ ਹੈ ਜੀ ਸਵੇਰ ਦੇ 4 ਵਜੇ ਆ ਸਾਡੀ ਸਹਾਇ ਸੰਗਤ ਹਜੇ ਵੀ ਪੈਰੇ ਦੇ ਉੱਤੇ ਆ ਪਾਣੀ ਹਜੇ ਵੀ ਚੱਲ ਰਿਹਾ ਜੀ ਮੌਕੇ ਤੇ ਫਰੋਜਾਬਾਦ ਤੱਕ ਹੀ ਢਾ ਮਾਰ ਕੇ ਆਏ ਆ ਉੱਥੋਂ ਤੱਕ ਇਹ ਸੰਗਤ ਬੈਠੀ ਏ ਬਾਕੀ ਨਾਮ ਦਾ ਅਗਲੀ ਗੱਲ ਪਰਮਾਤਮ ਨੂੰ ਪਤਾ ਅਸੀਂ ਆਪਦੇ ਮਨੋਂ ਤਰਉਣਾ ਯੋਰ ਲਾਵਾਂਗੇ ਜੀ ਕਿਹ ਤਰੀਕੇ ਨਾਲ ਪਾਣੀ ਗਾਂ ਚੱਲ ਜੇ ਸਾਡਾ ਇੱਥੇ ਫਸਲਾਂ ਦਾ ਜਾਂ ਘਰਾਂ ਦਾ ਪਬਲਿਕ ਦਾ ਬਰਬਾਦੀ ਨਾ ਹੋ ਸਕੇ ਪ੍ਰਸ਼ਾਸਨ ਦਾ ਕਿੰਨਾ ਯੋਗਦਾਨ ਹੈ ਪ੍ਰਸ਼ਾਸਨ ਠੀਕ ਹੈ ਜੀ

अपील हम यही करने चाहेंगे जो कोई भी रात को मान ला घरों से ज़्यादा लोग आएँ बन के ऊपर रहें इससे मान ला कि अगर कोई बन के ऊपर खुट खट पड़ती है वो जल्दी बंद की सके बाकी हमारा प्रबंध पूरा है पाँच छः ट्रैक्टर गट्टों से भरी ट्राली खड़ी रखी है दस पंद्रह ट्रैक्टर मिट्टी के भरे रखे हैं अभी प्रबंध की कोई कमी नहीं है आगे वक्त ही बताएगा परमात्मा क्या ऐसे जी पोजीशन यहाँ पे ना तो पानी कम हुआ है और दिन भर दिन बढ़ ही रहा है और कम होने का नाम नहीं ले रहा और साढ़े चार हो चुके हैं सुबह के अरे हम रात दस बजे के आए हुए हैं पूरा पैरा यहाँ पे कुत्ता बढ़ से लेके थोबरिया थोबरियाँ इधर नकोड़ा सारे घूम के आए हैं और ये भी मेरे भाई हैं जो सास संगत सारी है जो ये सारी रात देखो साढ़े चार हुए हैं और फिर भी ये मौके के ऊपर पूरा पैरा दे रहे हैं तो क्योंकि पूरा डर है कहीं ना कहीं कोई ऐसी दुर्घटना ना हो जाए जिसका खमियाजा पूरे शहर को पूरे आवाम को भुगतना पड़े इसीलिए हम पानी बढ़ा है थोड़ा पानी, पानी बढ़ा है कम नहीं हुआ और शहरवासियों से पूरा निवेदन है कि हाथ जोड़ के कर, आप पहुंचो यहाँ पे हर घर का एक आदमी पहुंचना चाहिए तो ही शहर को बचा पाएंगे अदरवाइज़ इसके कोई चांसेस नहीं है